ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ ਡੇ ਟੂ ਡੇ ਐਕਟ ਦੇ ਵਿੱਚ। ਅੱਜ ਆਪਾਂ ਬਣਾਵਾਂਗੇ ਨਾਰੀਅਲ ਦੀ ਬਰਫੀ। ਉਹਦੇ ਵਾਸਤੇ ਲਿਆ ਮੈਂ ਦੇਸੀ ਘੀ, ਅੱਧਾ ਕੱਪ ਦੁੱਧ, ਚੀਨੀ ਜੋ ਮੈਂ ਪੀਸ ਲਈ ਹੈ, ਅਤੇ ਨਾਰੀਅਲ ਦਾ ਬਰਾਦਾ, ਕੰਡੈਂਸ ਮਿਲਕ। ਹੁਣ ਇਹਦੇ ਵਿੱਚ ਪਾਵਾਂਗੇ ਥੋੜ੍ਹਾ ਜਿਹਾ ਦੇਸੀ ਘੀ, ਇਹਦੇ ਵਿੱਚ ਪਾਵਾਂਗੇ ਦੁੱਧ, ਇਹਦੇ ਵਿੱਚ ਪਾਵਾਂਗੇ ਆਪਾਂ ਨਾਰੀਅਲ ਦਾ ਬਰਾਦਾ, ਫਲੇਮ ਲੋ ਕਰ ਲਾਂਗੇ। ਲੋ ਫਲੇਮ 'ਤੇ ਆਪਾਂ ਇਹਨੂੰ ਥੋੜ੍ਹਾ ਥੋੜ੍ਹਾ ਭੁੰਨਦੇ ਜਾਵਾਂਗੇ। ਇਹਨੂੰ ਘੋਲ ਤੱਕ ਭੁੰਨਾਂਗੇ ਜਦੋਂ ਆਪਣਾ ਦੁੱਧ ਚੰਗੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ, ਵਿੱਚੋਂ ਸੁੱਕ ਨਹੀਂ ਜਾਂਦਾ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੰਡੈਂਸ ਮਿਲਕ। ਹੁਣ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ। ਹੁਣ ਇਹਦੇ ਵਿੱਚ ਸਵਾਦ ਅਨੁਸਾਰ ਖੰਡ ਪਾਵਾਂਗੇ, ਪੀਸੀ ਹੋਈ ਹੈ। ਫਲੇਮ ਲੋ ਹੀ ਰੱਖਾਂਗੇ। ਹੁਣ ਜਿਹੜਾ ਖੰਡ ਦਾ ਪਾਣੀ ਆਪਣਾ ਸੁੱਕ ਚੁੱਕਿਆ, ਮਤਲਬ ਇਹਨੂੰ ਆਪਾਂ 1 ਜਾਂ 2 ਮਿੰਟ ਹੋਰ ਹਿਲਾਉਂਦੇ ਰਹਾਂਗੇ। ਦੇਖੋ ਬਿਲਕੁਲ ਜੰਮਣ ਵਾਲੀ ਕੰਸਿਸਟੈਂਸੀ ਦੇ ਵਿੱਚ ਆ ਗਿਆ, ਆਪਣਾ ਫਰਾਈ ਨਾਲ ਵੀ ਨਹੀਂ ਚਿਪਕ ਰਿਹਾ। ਹੁਣ ਆਪਣਾ ਬਣ ਕੇ ਬਿਲਕੁਲ ਤਿਆਰ ਹੈ। ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ। ਇਸ ਤਰ੍ਹਾਂ ਆਪਾਂ ਇਹਨੂੰ ਪਲੇਟ ਦੇ ਵਿੱਚ ਸੈੱਟ ਕਰ ਦੇਵਾਂਗੇ, ਅਤੇ 1 ਘੰਟੇ ਵਾਸਤੇ ਆਪਾਂ ਇਹਨੂੰ ਫਰਿੱਜ ਦੇ ਵਿੱਚ ਰੱਖ ਦੇਵਾਂਗੇ। ਫਿਰ ਆਪਾਂ ਇਹਦੇ ਪੀਸਿਸ ਕੱਟਾਂਗੇ। ਹੁਣ ਆਪਾਂ ਇਹਨੂੰ 2 ਭਾਗਾਂ ਦੇ ਵਿੱਚ ਵੰਡ ਲਵਾਂਗੇ।
आप थोड़ा फूड कलर पावे। तुसी कोई भी कलर पा सकते हो, मेरे को यही कलर अवेलेबल से मैं यही पा लिया, वाइट रखा सी, उसको इस तरह सैट कर देवे। इस दे उपर आप जो कलर वाला पाना है, आप इसे फोल्ड करांगे इस तरह हौली हौली। इस तरह टाइटली इसे फोल्ड करते जावांगे। हुण इसनू आपां इह रोल आ जिहड़ा आपां ने बणाया, हुण इहनू 2 घंटिआं वास्ते फ्रिज दे विच रख देवांगे। हुण इह आपां ने फ्रिज दे विचों कढ लिआ, हुण आपां इहदे पीसिस कट्टांगे। हुण आपां ने इहदे पीसिस कट लए ने। अगर तुहानूं मेरी वीडियो वधिया लगी, लाइक शेयर ते कमेंट जरूर करिओ, सबसक्राइब करना ना भुल्लिओ, बैल आइकन दबायो।